ਪੰਜਾਬ ਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ 'ਚ 24 ਘੰਟਿਆਂ ਅੰਦਰ ਕਰੋਨਾ ਦੇ 5 ਨਵੇਂ ਕੇਸ ਦਰਜ ਕੀਤੇ ਗਏ ਨੇ ਜੋ ਪਿਛਲੇ ਦਿਨਾਂ ਦੇ ਮੁਕਾਬਲੇ ਘੱਟ ਹੈ। 2 ਦਿਨ ਪਹਿਲਾਂ ਸ਼ਹਿਰ 'ਚ 14 ਨਵੇਂ ਕੇਸ ਸਾਹਮਣੇ ਆਏ ਸਨ। ਚੰਡੀਗੜ੍ਹ 'ਚ ਕਰੋਨਾ ਦੇ ਐਕਟਿਵ ਕੇਸਾਂ 'ਚ ਵੀ ਕਮੀ ਦਰਜ ਕੀਤੀ ਗਈ ਹੈ। ਪਿਛਲੇ 3 ਤੋਂ 4 ਦਿਨਾਂ 'ਚ ਐਕਟਿਵ ਕੇਸ 71 ਸਨ ਜੋ ਹੁਣ ਘਟ ਕੇ 60 ਰਹਿ ਗਏ ਨੇ। ਬੀਤੇ 24 ਘੰਟਿਆਂ 'ਚ 596 ਲੋਕਾਂ ਦੇ ਸੈਂਪਲ ਲਈ ਗਏ ਸਨ ਅਤੇ 'ਨਾਂ 'ਚੋਂ 5 ਕੇਸ ਹੀ ਪੋਜ਼ਿਟਿਵ ਪਾਈ ਗਏ ਨੇ।